ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਭਾਈ ਹੁਣਾਂ ਦੇ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਅਤੇ ਇੱਕ ਤੁਹਾਨੂੰ ਜਿਹੜੀ ਆਹ ਵਾਲੀ ਗਾਂ ਤੁਹਾਨੂੰ ਦਿਖਾਵਾਂਗੇ। ਗਾਂ ਜਿਹੜੀ ਆਹ ਵਾਲੀ ਵੇਗੀ ਆ, 4 ਮੱਝਾਂ ਹੀ ਆ ਇਕੱਲੀਆਂ, ਬਸ ਤੁਹਾਨੂੰ ਮੱਝਾਂ ਦਿਖਾਉਣੀਆਂ ਵਾ। ਅੱਜ ਤੁਹਾਨੂੰ ਇੱਧਰ ਹੀ ਇੱਧਰਲੇ ਪਾਸੇ ਦਿਖਾਵਾਂਗੇ, ਉੱਧਰ ਜਿਹੜਾ ਪ੍ਰੋਗਰਾਮ ਚੱਲਣ ਦਿਆ ਉਹ ਦੇਖ ਸਕਦੇ ਜੀ, ਜਿੱਥੇ ਅੱਗੇ ਰੋਜ਼ ਬਣਾਈ ਦੀ ਵੀਡੀਓ। ਇਹ ਵੀ ਤੁਹਾਨੂੰ ਚੰਗੀ ਤਰ੍ਹਾਂ ਬਾਹਰ ਕੱਢ ਕੇ ਤੋਰ ਕੇ ਚੰਗੀ ਤਰ੍ਹਾਂ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਠਾਕ ਜੀ? ਚਲੋ ਵਧੀਆ ਚਾਹੀਦਾ, ਅੱਜ ਇੱਧਰ ਪ੍ਰੋਗਰਾਮ ਚੱਲਣ ਦਿਆ ਨਾਲੇ। ਠੀਕ ਆ, ਅਤੇ ਨਾਮ ਦੱਸ ਦਿਓ ਕਰੀ ਆਪਣਾ। ਹਾਂਜੀ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਅਤੇ ਫੋਨ ਨੰਬਰ ਵੀ ਬੋਲ ਦਿਓ ਕਰੀ। 90568 27। ਠੀਕ ਹੈ, ਅਤੇ ਉਦਣ ਵਾਲਾ ਵੇਖਿਆ, ਪਰਸੋਂ ਵਾਲਾ ਮਾਲ? ਹਾਂਜੀ ਹਾਂਜੀ ਵੇਖਿਆ ਵੀਰ ਜੀ। ਠੀਕ ਹੈ, ਕੱਲ੍ਹ ਵੀ ਲਿਆਂਦਾ ਸੀ ਮਾਲ, ਵਿੱਚ ਕੁਝ ਵੀਰ ਆਏ ਵੇਖੇ ਮਾਲ, ਉਹਨਾਂ ਫਿਰ ਆਏ ਅੰਦਰ, ਆਏ ਮਾਲ ਵੀ ਲੈ ਲਿਆ। ਅੱਛਾ, ਹਾਂਜੀ ਅੱਜ ਵੀ ਮਈਆਂ 4 ਧੱਕੇ ਨਾ ਮਜਾਈਆਂ ਨੇ, ਸਵੇਰ ਦੇ ਵੀ ਵੀਰ ਵਾਂਗ ਅੰਡੇ। ਠੀਕ ਹੈ, ਸਾਰੀਆਂ ਸੂਈਆਂ ਅੱਜ? ਤਿੰਨ ਸੂਈਆਂ, ਇੱਕ ਗੱਬਨ ਨਾ, ਰਾਤ ਦੀ ਸੂਈ ਆ। ਅੱਛਾ, ਇੱਕ ਨੂੰ 10 ਗਾ ਸੂਈ ਨੂੰ, ਇੱਕ ਨੂੰ 8-10 ਦੇਵਾਂਗੇ ਮਈਆਂ, ਬੜੇ ਰਿਕਾਰਡ ਆਣੀਆਂ ਪਰ ਪਰ ਸਿਰ ਦਾ ਕੋਲ ਦੁੱਧ। ਠੀਕ ਆ, ਠੀਕ। ਤੇ ਪਹਿਲਾਂ ਇਹ ਵਿਖਾ ਦਈਏ ਜਿਹੜੀ ਪਾਣੀ ਪੀਂਦੀ, ਫਿਰ ਲੈ ਵੀਰ ਜੀ ਇੱਧਰ ਨੇ ਕਰੀ। ਦੂਸਰਾ ਸੂਆ ਤੇ ਛੋਟਾ ਸਿੰਘ ਹੈ ਜਿਹੜਾ, ਤੇ ਚੰਗੇ ਕੱਦ ਕਾਟਤੀ ਆ ਜਿਹੜੀ, 12 ਕਿਲੋ ਵੀਰ ਜੀ ਝੋਟੀ ਦੇ ਦੁੱਧ ਆ, ਲੀਟਰ ਮਾਰ ਕੇ 12 ਲੀਟਰ ਜਿਹੜਾ ਤਿਆਰ ਦੱਸ ਦੇ। ਬਾਕੀ ਆਹ ਦੇਖ ਸਕਦੇ ਅੱਜ 10-12 ਦਿਨ ਹੋ ਗਏ ਜੀ ਇਹਨੂੰ ਸੂਈ ਨੂੰ, ਪ੍ਰੋਗਰਾਮ ਚੱਲਣ ਦਿਆ ਵੀਰ ਜੀ ਹੁਣਾਂ ਦੇ ਅੱਜ, ਉੱਥੇ ਜਿੱਥੇ ਰੋਜ਼ ਵੀਡੀਓ ਬਣਾਈ ਦੀ ਆ। ਕਿੰਨਾ ਵੀਰ ਜੀ ਪੱਕਾ ਦੁੱਧ ਇਹਦੇ ਕੋਲ? 12 ਲੀਟਰ ਦੁੱਧ ਜਿਹੜਾ ਮੌਕੇ ਤੇ ਪੱਕਾ ਤਿਆਰ ਦੱਸ ਦੇ, ਬੰਦ ਆ ਵੀਰ ਜੀ ਨੂੰ, ਬਾਕੀ ਥੱਲਿਆਂ ਵੀ ਦੇਖ ਸਕਦੇ ਜੀ, ਚੰਗੇ ਕੱਦ ਕਾਟਦੀ ਆ ਤੇ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਆ, ਹਾਂ ਦੇਖ ਸਕਦੇ ਜੀ। ਬਾਕੀ ਨੀਲੀ ਚ ਆਉਂਦੀ ਆ। ਤੇ ਕਿੰਨਾ ਕੁ ਵਿੱਚ ਦੁੱਧ ਚਵਾਈ ਜਾਊਗੀ? ਤੁਸੀਂ ਕਿੰਨੇ ਦੀ ਦੇਣੀ ਜੀ? 85,000 ਦੀ ਦੇ ਦੋਗੇ? ਹੋਰ ਕਰ ਦੋਗੇ ਵਿੱਚ ਮਨ? ਜਿੰਨਾ ਕਹੋਗੇ ਕਰ ਦਾਂਗੇ। ਕਰ ਦੋ ਜੀ ਅੱਜ ਆ, ਫਿਰ ਤੁਸੀਂ ਦੱਸ ਦੋ ਜਿੰਨਾ ਕਹੋਗੇ। 82,000 ਦੀ ਦੇ ਦਈਏ ਫਿਰ? 80,000 ਦੀ ਦੇ ਦੋਗੇ? ਚਲੋ ਕੋਈ ਫੋਨ ਲਾਵੇ, ਖੁੱਲਾ ਮਾਨ ਤਨ ਕਰ ਦਿਓ ਫਿਰ। ਅੱਛਾ, 77,000 ਦੀ ਤੇ ਦੁੱਧ 12 ਲੀਟਰ ਘਰੋਂ ਚਵਾ ਕੇ। ਠੀਕ ਹੈ ਜੀ, ਤੇ ਹੁਣ ਆ ਗਈ ਦੂਸਰੇ ਨੰਬਰ ਤੇ। ਬਾਕੀ ਆਹ ਦੇਖ ਸਕਦੇ ਜੀ ਸਿੰਘਾਂ ਦੀ, ਇਹ ਵੀ ਜਿਹੜੀ ਸੋਹਣੀ ਆ, ਕੁੰਡੇ ਨਿੱਕੇ ਸਿੰਘ ਆ, ਤਿੰਨਾਂ ਮੱਝਾਂ ਦੇ। ਬਾਕੀ ਇਹ ਹੈ ਕਿ ਸਾਰੀਆਂ ਅੱਜ ਫੱਬਦੀਆਂ ਵਾ ਝੋਟੀਆਂ ਜਿਹੜੀਆਂ ਹੈਗੀਆਂ, ਭਾਵੇਂ 4 ਹੀ ਆ। ਆ ਦੇਖ ਸਕਦੇ, ਇਹ ਵੀ ਤੁਹਾਨੂੰ ਚੰਗੀ ਤਰ੍ਹਾਂ ਹੁਣੇ ਦਿਖਾ ਦਿੰਦੇ ਆ। ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੂਈ ਨੂੰ? ਇਹਨੂੰ ਵੀ 5-6 ਦਿਨ ਹੋਏ ਮੰਗ ਕਟਾ ਜਦੇ ਵੀ, ਬਸ ਆ ਗਿਆ ਹੋਊਗਾ ਬਤਵਾ ਦੇ। ਠੀਕ ਹੈ, ਦੂਜਾ ਸੂਆ ਜੀ ਝੋਟੀ ਦਾ, ਇਹਦਾ ਦੂਸਰਾ ਸੂਆ ਦੱਸ ਦੇ। ਬਾਕੀ ਥੱਲਿਆਂ ਇਹ ਵੀ ਦੇਖ ਸਕਦੇ ਜੇ ਚੰਗੀ ਤਿਆਰ ਹੋਈ ਆ।
ਤੇ ਇਹਦੇ ਕੋਲ ਵੀਰ ਜੀ ਦੁੱਧ ਕਿੰਨਾ ਤਿਆਰ ਮੌਕੇ ਤੇ? ਅੱਛਾ ਅੱਜ ਹੀ ਆਈ ਹੈ, ਠੀਕ ਆ। ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ? 10-11 ਲੀਟਰ ਚਵਾਈ ਜਾਊਗੀ। ਤੇ ਇਹਦਾ ਮੁੱਲ? 70,000 ਆ। ਵਿੱਚੋਂ ਕਰਨਾ ਮਾਨ ਧਨ? ਕਿੰਨਾ ਜਾਇਜ਼ ਜਾ ਕਰਦੀ ਹੈ ਫਿਰ? 65,000 ਦੀ ਦੇ ਦੋਗੇ? ਬਾਕੀ ਇਹ ਵੀ ਪੂਰੀ ਸ਼ਕੀਨ ਝੋਟੀ ਆ, ਸੋਹਣ ਪੁਣੇ ਚ ਵੀ ਸੋਹਣੀ ਆ, ਤੇ ਬਾਕੀ ਥਾਨ ਵੀ ਇਹਦੇ ਦੇਖ ਸਕਦੇ ਜੇ ਲਾਗੇ ਤੋਂ। ਇਹ ਅੱਜ ਹੀ ਸੂਈ ਹੈ ਜੇ, ਆਹ ਦੇਖ ਸਕਦੇ ਪੁੜੇ ਵੀ ਇਹਦੇ ਅਜੇ ਉਤਰਾ ਹੀ ਆ, ਲੱਪੇ ਜੇ ਆ ਜੇ ਕੁਛ। ਦੁੱਧ 12-13 ਲੀਟਰ ਇਹ ਵੀ ਜਿਹੜਾ ਕਹਿੰਦੇ ਕਿ ਚੜਾਈ ਜਾਊਗੀ। ਪਿੱਠ ਪੁੜੇ ਦੇ ਜਿਹੜੇ ਕਾਫੀ ਚੜਾਈ ਜੇ ਆ ਜਿਹੜੀ, ਸਾਰੇ ਜਾਣਦੇ ਹਨ। ਬਾਕੀ ਆਹ ਦੇਖ ਸਕਦੇ ਜੀ, ਚੰਗੇ ਪਿੱਠ ਪੁੜੇ ਦੀ ਮਾਲਕ ਆ, ਤੇ ਥੱਲਿਓਂ ਬੜੀ ਸਫਾਈ ਚ ਆ, ਜਿੰਨੀ ਵੀ ਆ ਚੰਗੀ ਤਿਆਰ ਹੋਈ ਆ ਥੱਲਿਓਂ, ਅਜੇ ਤਾਜ਼ੀ ਸੂਈ ਆ। ਕਿੰਨਾ ਵੀਰ ਜੀ ਦੁੱਧ ਚਵਾਈ ਜਾਊਗੀ? 12-13 ਕਿਲੋ ਜਾਊਗੀ। ਅੱਛਾ, ਇਹ ਤਾਂ ਸਾਂਭਦੇ ਆ ਹਨਾ ਹੁਣ, ਠੀਕ ਆ ਜੀ, ਠੀਕ ਆ। ਤੇ ਥਾਨ ਇਹਦੇ ਵੀ ਤੁਹਾਨੂੰ ਲਾਗੇ ਤੋਂ ਦਿਖਾ ਦੇ, ਠੀਕ ਆ ਜੀ। ਲੈ ਜਾ ਵੀਰ ਜੀ, ਚਲੋ ਉਧਰ ਇੱਕ ਵਾਰੀ ਫੇਰ ਲਿਆ, ਚੰਗੀ ਤਰ੍ਹਾਂ ਇੱਕ ਵਾਰੀ ਫੇਰ ਤੋਂ ਚੰਗੀ ਤਰ੍ਹਾਂ ਤੋੜ ਕੇ ਦਿਖਾ ਦਈਏ। ਲੈ ਜਾ ਲੈ ਜਾ ਵੀਰ ਜੀ, ਬਾਕੀ ਉਤਰੇ ਜਿਹੜਾ ਕੱਦ ਕੱਠ ਪਿੱਠ ਪੁੜੇ ਦੀ ਜਿਹੜੀ ਚੰਗੀ ਆ, ਬਸ ਇਹ ਆ ਕਿ ਤਾਜ਼ੀ ਸੂਈ ਆ, ਥੋੜੀ ਲੱਪੇ ਜਿਹਾ। ਲੈ ਜਾ ਵੀਰ ਜੀ, ਬਾਕੀ ਥੱਲਿਆਂ ਬੜੀ ਚੰਗੀ ਤਿਆਰ ਹੋਈ ਆ। ਤੇ ਇਹਦਾ ਮੁੱਲ ਵੀਰ ਜੀ ਕੀ ਰੱਖਣਾ ਫਿਰ ਆਪਾਂ? 80,000 ਆ। ਵਿੱਚੋਂ ਕਰਨਾ ਮਾਨ ਧਨ? 75,000 ਦੀ ਕੱਟੀ ਜੇ। ਅੱਛਾ, 75,000 ਦੀ ਦੇ ਦੋਗੇ? ਦੇ ਦਾਂਗੇ। ਤੇ ਮਗਰ ਕੱਟੀ ਆ? ਮਗਰ ਕੱਟੀ, ਬਾਕੀ ਚਵਾਈ ਬਹੁਤ ਚੰਗੀ ਝੋਟੀ ਦੀ, ਠੀਕ ਆ ਜੀ। 13-14 ਕਿਲੋ ਝੋਟੀ ਚਵਾਉਗੀ, 10-10 ਲੀਟਰ ਦੀ ਝੋਟੀ। ਇਹ ਆ ਕਿ ਕੋਈ ਸਾਂਭਣ ਵਾਲਾ ਲੈ ਜੀ ਵੀਰ, ਹਨਾ 14 ਕਿਲੋ ਵੀ ਜਵਾ ਸਕਦੀ ਕੋਈ ਸੇਵਾ ਕਰੂ, ਠੀਕ ਆ। ਤੇ ਆਹ ਗੱਬਣ ਆ ਜਿਹੜੀ, ਠੀਕ ਆ। ਇੱਕ ਵਾਰੀ ਸਿੱਧੀ ਲੈ ਜਾਓ ਵੀਰ ਜੀ, ਬਾਕੀ ਇਹ ਵੀ ਥੱਲੇ ਚੰਗੀ ਤਿਆਰ ਹੁੰਦੀ। ਲੈ ਆਓ ਵੀਰ ਜੀ, 12 ਕੁ ਲੀਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ। ਤੇ ਇਹਦਾ ਮੁੱਲ ਕੀ ਰੱਖਣਾ ਵੀਰ ਜੀ ਫਿਰ? 65,000 ਆ। ਕਰਨਾ ਵਿੱਚ ਮਾਨ? 63,000 ਦੇ ਦੋਗੇ? ਬਾਕੀ ਕੋਈ ਫੋਨ ਲਾਵੇ ਮਾਨ ਤਨ ਖੁੱਲਾ ਕਰ ਦੋ, ਠੀਕ ਹੈ ਜੀ। ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ ਚਾਰ ਵਿਕਾਊ ਕੀਤੇ ਆ, ਚਾਰੇ ਮੱਝਾਂ ਜਿਹੜੀਆਂ ਸੋਹਣੀਆਂ ਮੱਝਾਂ ਵਾ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ, ਚਵਾਈ ਕਰਕੇ, ਤਸੱਲੀ ਕਰਕੇ ਫਿਰ ਹੀ ਖੜੇ ਜੀ। ਜਿਹੜੀ ਕੋਈ ਪਸੰਦ ਹੋਵੇ ਲੈ ਜੇ, ਨਾ ਪਸੰਦ ਹੋਵੇ ਤਾਂ ਇੱਥੇ ਤਾਂ ਫਿਰ ਮੱਝੀਆਂ ਹੀ ਆ।
ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।